ਤਰ੍ਹਾਂ ਕਿ ਆਪਾਂ ਦੇਖਿਆ ਜੁਲਾਈ ਦੇ ਵਿੱਚ ਸਾਡੇ ਕੋਲ ਕਾਫੀ ਡੈਫੀਸਿਟ ਰਿਹਾ ਮੌਨਸੂਨ ਦਾ, ਪਰ ਅਗਸਤ ਦੇ ਨਾਲ ਸਾਡਾ ਜਦੋਂ ਅਗਸਤ ਦਾ ਸ਼ੁਰੂ ਹੋਇਆ ਮੰਥ ਤਾਂ ਕਾਫੀ ਅੱਛੀ ਬਾਰਿਸ਼ ਰਿਕਾਰਡ ਕੀਤੀ ਗਈ ਹੈ। ਸੋ ਜੁਲਾਈ ਦਾ ਡੈਫੀਸਿਟ ਕਾਫੀ ਜ਼ਿਆਦਾ ਰਿਹਾ, ਨੀਅਰ ਅਬਾਊਟ 40% ਸਾਡੇ ਕੋਲ ਡੈਫੀਸਿਟ ਰਿਹਾ ਪੰਜਾਬ ਦੇ ਵਿੱਚ। ਬਟ ਹੁਣ ਜਿਸ ਤਰ੍ਹਾਂ ਲੱਗ ਰਿਹਾ ਸੀ ਕਿ ਮੌਨਸੂਨ ਹਾਲੇ ਰਿਵਾਈਵ ਕਰ ਰਹੀ ਹੈ, ਉਹਦੇ ਮੱਦੇਨਜ਼ਰ ਪਹਿਲੀ ਨੂੰ ਅਸੀਂ ਬਹੁਤ ਅੱਛੀ ਪੰਜਾਬ ਦੇ ਵਿੱਚ ਬਾਰਿਸ਼ ਦੇਖੀ ਹੈ, ਬਟ ਹੁਣ ਥੋੜ੍ਹਾ ਜਿਹਾ ਸਕੈਟਰਡ ਜੀ ਰੇਨਫੋਲ ਦੇ ਚਾਂਸਿਸ ਨੇ ਅੱਗੋਂ। ਦੋ ਤਿੰਨ ਦਿਨ ਇਸ ਤਰ੍ਹਾਂ ਹੀ ਹੈ, ਕਿਤੇ ਕਿਤੇ ਟੁੱਟਵੀਂ ਜਿਹੜੀ ਬਾਰਿਸ਼ ਹੈ ਹੋ ਸਕਦੀ ਹੈ। ਜਿਸ ਤਰ੍ਹਾਂ ਕਿ ਟੈਂਪਰੇਚਰਸ ਆਪਾਂ ਦੇਖਿਆ ਕਿ ਪਹਿਲਾਂ ਕਾਫੀ ਜ਼ਿਆਦਾ ਹਾਈਕ ਕਰ ਗਏ ਸੀਗੇ, ਤਾਂ ਹੁਣ ਜਿਵੇਂ 36-37 ਤੱਕ ਦਿਨ ਦਾ ਜਿਹੜਾ ਤਾਪਮਾਨ ਉਹ ਚਲਾ ਗਿਆ ਸੀ, ਅਤੇ 31 ਤੱਕ ਜਿਹੜਾ ਰਾਤ ਦਾ ਤਾਪਮਾਨ ਵੱਧ ਗਿਆ ਸੀ। ਪਰ ਹੁਣ ਕੱਲ੍ਹ ਦੀ ਬਾਰਿਸ਼ ਦੇ ਨਾਲ ਪੰਜਾਬ ਦੇ ਵਿੱਚ ਕਾਫੀ ਰਿਲੀਫ ਮਿਲਿਆ ਇਸ ਗਰਮੀ ਤੋਂ, ਅਤੇ ਜਿਹੜੇ ਸਾਰੇ ਦੋਨੋਂ ਟੈਂਪਰੇਚਰਸ ਨੇ ਉਹ ਫੋਲ ਕੀਤੇ ਹੈ। ਹੁਣ ਸਾਡੇ ਕੋਲ ਜਿਹੜਾ ਦਿਨ ਦਾ ਤਾਪਮਾਨ ਆ ਉਹ ਨੀਅਰ ਅਬਾਊਟ 30 ਡਿਗਰੀ ਰਿਕਾਰਡ ਹੋ ਰਿਹਾ, ਅਤੇ ਜਿਹੜਾ ਰਾਤ ਦਾ ਤਾਪਮਾਨ ਆ ਉਹ 26 ਤੱਕ ਰਿਕਾਰਡ ਹੋ ਰਿਹਾ। ਪਰ ਹਿਊਮਿਡਿਟੀ ਲੈਵਲ ਇਹਦੇ ਨਾਲ ਕਾਫੀ ਵੱਧ ਗਿਆ, ਕਿਉਂਕਿ ਦਿਨ ਦੀ ਜਿਹੜੀ ਨਮੀ ਆ ਉਹ ਵੀ 80% ਤੱਕ ਜਿਹੜੀ ਉਹ ਅਸੀਂ ਰਿਕਾਰਡ ਕੀਤੀ ਹੈ। ਸੋ ਇਸੇ ਕਰਕੇ ਸਾਨੂੰ ਥੋੜ੍ਹਾ ਜਿਹਾ ਅਨਕੰਫਰਟੇਬਲ ਵੀ ਲੱਗ ਰਿਹਾ, ਪਰ ਹੁਣ ਜਿਹੜਾ ਹਲੇ ਵੈਦਰ 1-2 ਦਿਨ ਥੋੜ੍ਹਾ ਠੀਕ ਰਹੇਗਾ, ਕਿਉਂਕਿ ਜਿਹੜਾ ਟੈਂਪਰੇਚਰਸ ਨੇ ਉਹ ਗ੍ਰੈਜੂਅਲੀ ਰਾਈਜ਼ ਕਰਨਗੇ, ਅਤੇ ਪਰ ਇਹ ਹੈ ਕਿ ਵੀ ਹਲੇ ਬਾਰਿਸ਼ ਜਿਹੜੀ ਆ ਉਹ ਟੁੱਟਵੀਂ ਰਹੇਗੀ ਸਾਰੇ ਪੰਜਾਬ ਦੇ ਵਿੱਚ। ਉਸ ਤੋਂ ਬਾਅਦ ਥੋੜ੍ਹਾ ਹਫ਼ਤੇ ਕੁ ਬਾਅਦ ਫਿਰ ਸਾਨੂੰ ਰਿਲੀਫ ਮਿਲਣ ਦੇ ਚਾਂਸਿਸ ਨੇ। ਨੀਅਰ ਅਬਾਊਟ 7-8 ਅਗਸਤ ਨੂੰ ਦੁਬਾਰਾ ਜਿਹੜੀ ਹੈ ਬਾਰਿਸ਼ ਦੀ ਸੰਭਾਵਨਾ ਦਰਸਾਈ ਜਾ ਰਹੀ ਹੈ। ਮੈਮ ਲੱਗਦਾ ਜੀ ਆਮ ਤੌਰ 'ਤੇ ਜਿਸ ਤਰੀਕੇ ਨਾਲ ਹਿਮਾਚਲ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਮੌਸਮ ਦੇ ਵਿੱਚ ਜਾਂ ਬਾਰਿਸ਼ ਨੂੰ ਲੈ ਕੇ, ਤਾਂ ਇੱਥੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਕੁਝ ਹਦਾਇਤਾਂ ਕੁਝ ਜਾਰੀ ਹੋਈਆਂ ਹੋਣਗੀਆਂ? ਹਾਂਜੀ, ਹਿਮਾਚਲ ਦੇ ਵਿੱਚ ਜਿਸ ਤਰ੍ਹਾਂ ਸ਼ਿਮਲੇ ਦੇ ਵਿੱਚ ਵੀ ਕਾਫੀ ਔਰੇਂਜ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ, ਕਿਉਂਕਿ ਉੱਧਰ ਜਿਹੜਾ ਸਿਸਟਮ ਆ ਇੱਕ ਬਹੁਤ ਜ਼ਿਆਦਾ ਡੈਂਸ ਸਿਸਟਮ ਬਣ ਚੁੱਕਾ। ਈਵਨ ਤੁਸੀਂ ਦੇਖਿਆ ਰਾਜਸਥਾਨ ਦੇ ਵਿੱਚ ਵੀ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ। ਸੋ ਪੰਜਾਬ ਦੇ ਆਲੇ ਦੁਆਲੇ ਜਿਹੜੀ ਹੈ ਉਹ ਬਾਰਿਸ਼ ਕਾਫੀ ਜ਼ਿਆਦਾ ਹੈਗੀ ਹੈ, ਕਿਉਂਕਿ ਅਲਰਟ ਵੀ ਜਾਰੀ ਕੀਤੇ ਜਾ ਰਹੇ ਹੈ। ਸੋ ਸਾਨੂੰ ਹਰ ਪੱਖੋਂ ਜਿਹੜਾ ਅਲਰਟ ਜ਼ਰੂਰ ਰਹਿਣ ਦੀ ਲੋੜ ਹੈ, ਬਟ ਇਹ ਹੈ ਕਿ ਪੰਜਾਬ ਦੇ ਵਿੱਚ ਸਪੈਸੀਫਿਕਲੀ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਕਿ ਪੰਜਾਬ ਦੇ ਵਿੱਚ ਜਿਹੜੇ ਜਿਸ ਤਰ੍ਹਾਂ ਕੋਈ ਸਿਸਟਮ ਇੰਨਾ ਸਟਰੋਂਗ ਬਣਿਆ ਹੋਵੇ ਜਿਹਦੇ ਨਾਲ ਹੈਵੀ ਰੇਨਫੋਲ ਦੇ ਚਾਂਸਿਸ ਹੋਣ। ਪਰ ਫਿਰ ਵੀ ਜਿਸ ਤਰ੍ਹਾਂ ਹਿਮਾਚਲ ਦੇ ਵਿੱਚ ਬਾਰਿਸ਼ ਹੁੰਦੀ ਹੈ ਤਾਂ ਉਹਦਾ ਕੁਝ ਅਸਰ ਪੰਜਾਬ ਦੇ ਵਿੱਚ ਆ ਸਕਦਾ। ਸੋ ਕਿਉਂਕਿ ਜਿਹੜਾ ਪਾਣੀ ਹੈ ਉਹਦਾ ਫਲੋ ਜਿਹੜਾ ਹੈ ਉਹ ਕਿਸੇ ਪਾਸੇ ਨੂੰ ਵੀ ਮੂਵ ਕਰ ਸਕਦਾ, ਤਾਂ ਫਿਰ ਆਪਾਂ ਨੂੰ ਪੂਰੇ ਸਾਵਧਾਨੀਆਂ ਜ਼ਰੂਰ ਵਰਤਣੀਆਂ ਚਾਹੀਦੀਆਂ। ਪਰ ਫਿਲਹਾਲ ਹਲੇ ਤੱਕ ਸਾਨੂੰ ਕੋਈ ਅਲਰਟ ਜਿਹੜਾ ਉਹ ਜਾਰੀ ਨਹੀਂ ਕੀਤਾ ਗਿਆ। ਖਾਸ ਕਰ ਮੈਮ ਕਿਸਾਨਾਂ ਨੂੰ ਕਿਸ ਤਰੀਕੇ ਦੇ ਨਾਲ ਅਪੀਲ ਹੈਗੀ ਹੈ, ਕਿਉਂਕਿ ਅਲਰਟ ਦੇਖੋ ਕਿਸਾਨਾਂ ਨੂੰ ਆਪਣਾ ਜਿਸ ਤਰ੍ਹਾਂ ਕਿ ਅਸੀਂ ਐਡਵਾਈਜ਼ਰੀ ਇਸ਼ੂ ਕਰਦੇ ਰਹਿੰਦੇ ਹਾਂ ਟਾਈਮ ਟੂ ਟਾਈਮ, ਹਰ ਵੀਕ ਸਾਡੀ ਐਡਵਾਈਜ਼ਰੀ ਜਾਂਦੀ ਹੈ, ਤਾਂ ਉਹਦੇ ਵਿੱਚ ਅਸੀਂ ਮੈਨਸ਼ਨ ਕਰ ਦਿੰਦੇ ਹਾਂ ਜਿਸ ਤਰ੍ਹਾਂ ਵੀ ਕੋਈ ਅਲਰਟ ਹੁੰਦਾ ਜਾਂ ਜਿਸ ਤਰ੍ਹਾਂ ਕਿਸੇ ਚੀਜ਼ ਦੀ ਕੋਈ ਵਾਰਨਿੰਗ ਹੁੰਦੀ ਹੈ। ਸੋ ਉਹਦੇ ਅਕੋਰਡਿੰਗਲੀ ਉਹ ਜ਼ਰੂਰ ਫੋਲੋ ਕਰਨ ਉਹ ਜਿਹੜੀਆਂ ਪ੍ਰੈਕਟਿਸਿਸ ਨੇ, ਕਿਉਂਕਿ ਜੇ ਬਾਰਿਸ਼ ਹਲੇ ਨਹੀਂ ਹੈ ਤਾਂ ਉਹ ਆਪਣੇ ਨੀਡ ਬੇਸਡ ਜਿਹੜੀ ਹੈ ਇਰੀਗੇਸ਼ਨ ਵਗੈਰਾ ਲਗਾ ਸਕਦੇ ਆ, ਬਾਕੀ ਜੇ ਕੋਈ ਸਪਰੇਅ ਹੈ ਉਹ ਵੀ ਕੀਤੀ ਜਾ ਸਕਦੀ ਹੈ। ਬਟ ਜਿਸ ਤਰ੍ਹਾਂ ਕਿ ਅਗਲੇ ਹਫ਼ਤੇ ਆਪਾਂ ਨੂੰ ਫਿਰ ਲੱਗ ਰਿਹਾ ਹੈਗਾ ਕਿ ਦੁਬਾਰਾ ਬਾਰਿਸ਼ ਜਿਹੜੀ ਹੈ ਹੋ ਸਕਦੀ ਹੈ, ਮੌਨਸੂਨ ਰਿਵਾਈਵ ਹੋ ਸਕਦੀ ਹੈ, ਸੋ ਉਦੋਂ ਫਿਰ ਅਸੀਂ ਉਸ ਹਿਸਾਬ ਦੇ ਨਾਲ ਐਡਵਾਈਜ਼ਰੀ ਇਸ਼ੂ ਕਰ ਸਕਦੇ ਹੈਗੇ ਹਾਂ ਕਿ ਇਹਨਾਂ ਦਿਨਾਂ ਦੇ ਵਿੱਚ ਤੁਸੀਂ ਇਹ ਜਿਹੜੇ ਆਪਣੇ ਖੇਤੀ ਧੰਦੇ ਆ ਮੌਸਮ ਨੂੰ ਧਿਆਨ 'ਚ ਰੱਖ ਕੇ ਉਲੀਕ ਦਿਓ। ਬਾਕੀ ਜਿਵੇਂ ਜਿਵੇਂ ਕੋਈ ਇਨਸੈਕਟ ਪੈਸਟ ਦਾ ਅਟੈਕ ਆ ਰਿਹਾ ਜਾਂ ਕੋਈ ਬਿਮਾਰੀ ਆ ਰਹੀ ਹੈ ਉਹਨੂੰ ਵੀ ਜ਼ਰੂਰ ਆਪਣਾ ਲਗਾਤਾਰ ਨਿਰੀਖਣ ਕਰਕੇ ਉਹਦਾ ਜਿੰਨਾ ਵੀ ਹੋ ਸਕੇ ਵੱਧ ਤੋਂ ਵੱਧ ਉਹਦਾ ਇਲਾਜ ਕੀਤਾ ਜਾਏ। ਫਿਲਹਾਲ ਦੀ ਹਿਊਮਿਡਿਟੀ ਦਾ ਸਾਹਮਣਾ ਕਰਨਾ ਪੈ ਸਕਦਾ? ਹਾਂ ਦੇਖੋ, ਹਾਂਜੀ, ਕਿਉਂਕਿ ਹਲੇ ਜਿਸ ਤਰ੍ਹਾਂ ਟੈਂਪਰੇਚਰਸ ਇੰਨੇ ਜ਼ਿਆਦਾ ਰਾਈਜ਼ ਨਹੀਂ ਕਰ ਰਹੇ, ਜਿਸ ਤਰ੍ਹਾਂ ਅੱਜ ਆਪਾਂ ਦੇਖਦੇ ਹਾਂ ਕਿ ਕੱਲ੍ਹ ਸਾਡੇ ਕੋਲ 30 ਡਿਗਰੀ ਸੀ, ਜਿਵੇਂ 5-6 ਡਿਗਰੀ ਟੈਂਪਰੇਚਰ ਫੋਲ ਕੀਤਾ ਹੈ। ਸੋ ਗ੍ਰੈਜੂਅਲੀ ਹੁਣ ਟੈਂਪਰੇਚਰ ਰਾਈਜ਼ ਕਰੇਗਾ,
ਬਟ ਇਹ ਹੈ ਕਿ ਜਿਸ ਤਰ੍ਹਾਂ ਬਾਰਿਸ਼ ਜਿਵੇਂ ਟੁੱਟਵੀਂ ਹੈਗੀ ਹੈ, ਕਿਤੇ ਕਿਤੇ ਛਿੱਟੇ ਹੈ, ਬਹੁਤ ਜ਼ਿਆਦਾ ਬਾਰਿਸ਼ ਨਹੀਂ ਹੈ, ਹਵਾ ਵੀ ਇੰਨੀ ਜ਼ਿਆਦਾ ਨਹੀਂ ਚੱਲ ਸਕਦੀ, ਸੋ ਥੋੜ੍ਹਾ ਜਿਹਾ ਤਾਂ ਹੁਣ ਆਪਾਂ ਨੂੰ ਇੱਕ ਦੋ ਦਿਨ ਗਰਮੀ ਜਿਹੜੀ ਹੈ ਉਹਨੂੰ ਸਹਾਰਨਾ ਪਏਗਾ।